ਕਿ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਠੀਕ ਕਰ ਦਾਂਗਾ ਬਿਲਕੁਲ ਬਿਲਕੁਲ ਠੀਕ ਕਰ ਦਾਂਗਾ ਫਿਕਰ ਨਾ ਕਰੋ ਆਪਣੇ ਮਹਿਬੂਬ ਨੇਤਾ ਜੀ ਮਰਹੂਮ ਨੇਤਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਸਥਲ ਤੇ ਆਇਆ ਜੀ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦੇਣ ਆਇਆ ਮੈਂ ਜੋ ਕਰਦਾ ਜੋ ਮੈਂ ਕਰਨਾ ਮੈਂ ਇਹ ਸਮਝ ਕੇ ਕਰਦਾ ਕਿ ਮੈਨੂੰ ਸ਼ਹੀਦ ਭਗਤ ਸਿੰਘ ਦੇਖ ਰਿਹਾ ਕੋਈ ਗਲਤ ਕੰਮ ਨਾ ਹੋ ਜਾਵੇ ਮੇਰੇ ਤੋਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀ ਸੋਚ 'ਤੇ ਪਹਿਰਾ ਦੇਣਾ ਮੇਰਾ ਪਹਿਲਾ ਕਰਤੱਵ ਹੈ ਕਿ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਠੀਕ ਕਰ ਦਾਂਗਾ ਬਿਲਕੁਲ ਬਿਲਕੁਲ ਠੀਕ ਕਰ ਦਾਂਗਾ ਫਿਕਰ ਨਾ ਕਰੋ ਦੇਖੋ ਅੱਜ ਮੈਂ ਆਪਣੇ ਮਹਿਬੂਬ ਨੇਤਾ ਜੀ ਮਰਹੂਮ ਨੇਤਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਸਥਲ 'ਤੇ ਆਇਆ ਜੀ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦੇਣ ਆਇਆ ਜੀ ਮੈਂ ਸਿਰਫ ਇੱਕ ਗੱਲ ਕਹਿਣੀ ਹੈ ਫਾਲਤੂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੁਹਾਡੇ ਨਾਲ ਕਿ ਮੈਂ ਜੋ ਕਰਦਾ ਜੋ ਮੈਂ ਕਰਨਾ ਮੈਂ ਇਹ ਸਮਝ ਕੇ ਕਰਦਾ ਕਿ ਮੈਨੂੰ ਸ਼ਹੀਦ ਭਗਤ ਸਿੰਘ ਦੇਖ ਰਿਹਾ ਕੋਈ ਗਲਤ ਕੰਮ ਨਾ ਹੋ ਜਾਵੇ ਮੇਰੇ ਤੋਂ ਇਸ ਲਈ ਜੋ ਵੀ ਕੰਮ ਹੋਏਗਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਮੂਹਰੇ ਰੱਖ ਕੇ ਹੋਏਗਾ ਨੌਜਵਾਨਾਂ ਦੀ ਬਿਹਤਰੀ ਦੇ ਲਈ ਹੋਏਗਾ ਦੇਸ਼ ਔਰ ਸੂਬੇ ਦੀ ਬਿਹਤਰੀ ਲਈ ਹੋਏਗਾ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਸਮਾਜ ਨੂੰ ਅੱਗੇ ਲੈ ਕੇ ਜਾਣਾ ਆਪਸੀ ਭਾਈਚਾਰਾ ਕਾਇਮ ਰੱਖਣਾ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ 'ਤੇ ਪਹਿਰਾ ਦੇਣਾ ਮੇਰਾ ਪਹਿਲਾ ਕਰਤੱਵ ਹੈ ਇਸ ਕਰਕੇ ਹਰ ਕੰਮ ਉਹਨਾਂ ਦੀ ਸੋਚ ਦੇ ਮੁਤਾਬਕ ਹੋਏਗਾ।